ਆਨਰੇਬਲ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਜੀ। ਸਤਿਕਾਰਯੋਗ ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਜ਼ੀਰੋ ਆਰ 'ਚ ਬੋਲਣ ਦਾ ਮੌਕਾ ਦਿੱਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਬਹੁਤ ਹੀ ਸੁਨਹਿਰਾ ਇਤਿਹਾਸ। ਇਹਦੀ ਨਿਊ ਲਾਹੌਰ 'ਚ ਰੱਖੀ ਗਈ ਸੀ 1882 'ਚ। ਉਸ ਤੋਂ ਬਾਅਦ ਜਦੋਂ ਉਜਾੜਾ ਪਿਆ, ਵਿਭਾਜਨ ਹੋਇਆ ਮੁਲਕ ਦਾ, ਤਾਂ ਇਹ ਸ਼ਿਮਲਾ ਆ ਗਈ। ਉਸ ਤੋਂ ਬਾਅਦ ਹੁਸ਼ਿਆਰਪੁਰ ਜਾ ਕੇ ਚੰਡੀਗੜ੍ਹ ਆਈ। ਪੰਜਾਬ ਯੂਨੀਵਰਸਿਟੀ ਦਾ ਇੱਕ ਕਾਨੂੰਨ ਹੈ ਜਿਹਨੂੰ ਪੰਜਾਬ ਯੂਨੀਵਰਸਿਟੀ ਐਕਟ 1947 ਕਹਿੰਦੇ ਨੇ। ਉਸ ਕਾਨੂੰਨ 'ਚ ਲਿਖਿਆ ਹੋਇਆ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਉਹਦੀ ਸੈਨੇਟ ਚਲਾਊਗੀ। ਇਹ ਸੈਨੇਟ ਦੀ ਇਲੈਕਸ਼ਨ 31 ਅਕਤੂਬਰ 2024 ਨੂੰ ਉਸ ਸੈਨੇਟ ਦੀ ਟਰਮ ਖਤਮ ਹੋਗੀ। ਐਕਟ ਦੇ ਵਿੱਚ ਇਹ ਲਿਖਿਆ ਹੋਇਆ ਕਿ 240 ਦਿਨ ਪਹਿਲੇ, ਮਤਲਬ ਫਰਵਰੀ 2024 'ਚ ਉਹਦੀ ਨੋਟੀਫਿਕੇਸ਼ਨ ਹੋਣੀ ਚਾਹੀਦੀ ਸੀ। ਅੱਜ ਤੱਕ ਉਹ ਸੈਨੇਟ ਦੀ ਇਲੈਕਸ਼ਨ ਦੀ ਨੋਟੀਫਿਕੇਸ਼ਨ ਨਹੀਂ ਹੋਈ ਹੈ। ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਲੋਕ ਇਹ ਸਮਝਦੇ ਨੇ ਕਿ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕਰਨਾ ਚਾਹੁੰਦੀ ਹੈ। ਸਰਕਾਰ ਨੂੰ ਛੇਤੀ ਨਾਲ ਇਹ ਇਲੈਕਸ਼ਨ ਨੋਟੀਫਾਈ ਕਰਕੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨ ਕਰਾਉਣੀ ਚਾਹੀਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।